ਪੰਜਾਬ 'ਚ ਜ਼ਿਮਨੀ ਚੋਣਾਂ ਸਿਰ 'ਤੇ ਨੇ, ਪਰ ਪਟਵਾਰੀਆਂ ਨੇ ਪੰਜਾਬ ਸਰਕਾਰ ਦੀ ਟੈਨਸ਼ਨ ਵਧਾ ਦਿੱਤੀ ਹੈ। ਦਰਅਸਲ ਅੱਜ ਗੁਰਮੁਖ ਸਿੰਘ ਖੈਰਪੁਰੀ ਜ਼ਿਲ੍ਹਾ ਪ੍ਰਧਾਨ ਦੀ ਰੈਵਨਿਊ ਪਟਵਾਰੀ ਯੂਨੀਅਨ ਪਟਿਆਲਾ ਦੀ ਪ੍ਰਧਾਨਗੀ ਹੇਠ ਪੰਜਾਬ ਬਾਡੀ ਦੇ ਆਦੇਸ਼ ਮੁਤਾਬਿਕ ਜ਼ਿਲ੍ਹਾ ਪਟਿਆਲਾ ਦੇ ਸਮੂਹ ਪਟਵਾਰੀਆਂ ਵੱਲੋਂ ਜ਼ਿਲ੍ਹਾ ਪੱਧਰ 'ਤੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਸਾਹਮਣੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਪ੍ਰਦਰਸ਼ਨ ਦੇ ਦੌਰਾਨ ਪਟਵਾਰੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਗੁਰਮੁਖ ਸਿੰਘ, ਜ਼ਿਲ੍ਹਾ ਪ੍ਰਧਾਨ ਪਟਵਾਰੀ ਯੂਨੀਅਨ ਪਟਿਆਲਾ। ਗੁਰਮੁਖੀ ਦੱਸੋ, ਕਿਹੜੀ ਜਗ੍ਹਾ ਧਰਨਾ ਲਾਇਆ, ਕੀ ਕਾਰਨ ਧਰਨੇ ਦਾ? ਅਸੀਂ ਡਿਸਟ੍ਰਿਕਟ ਹੈੱਡਕੁਆਰਟਰ 'ਤੇ ਅੱਜ ਆਪਣੀ 6 ਤਹਿਸੀਲਾਂ ਦੀਆਂ ਤਹਿਸੀਲਾਂ ਇੱਥੇ ਸ਼ਾਮਲ ਹੈ। ਸਾਡੀਆਂ ਜਿਹੜੀਆਂ ਮੰਗਾਂ ਸੀਗੀਆਂ ਪਿਛਲੇ ਦਿਨ ਪੰਜਾਬ ਸਰਕਾਰ ਨਾਲ ਜੋ ਸਾਡੀ ਮੀਟਿੰਗ ਹੋਈ ਹੈ, ਉਸ ਸੰਬੰਧੀ ਹਾਂ ਪੱਖੀ ਮੁਨਾਰਾ ਨਾ ਮਿਲਣ ਕਰ ਅਸੀਂ ਰੋਸ 'ਚ ਆਪਣੇ ਧਰਨੇ ਪੰਜਾਬ ਵਾਡੀ ਦੇ ਦੇਸ਼ ਮੁਤਾਬਕ ਲਾ ਰਹੇ ਹਾਂ, ਜਿਨ੍ਹਾਂ 'ਚ ਸਾਡੀਆਂ ਮੰਗਾਂ ਤਨਖਾਹ 'ਚ ਇਕਸਾਰਤਾ, ਨਵੇਂ ਪਟਵਾਰੀਆਂ ਦੀ ਭਰਤੀ, ਵਰਕ ਸਟੇਸ਼ਨ ਬਣਾ ਕੇ ਦੇਣੇ ਜਿੱਥੇ ਪਟਵਾਰੀ ਆਪਣੇ ਦਫ਼ਤਰ 'ਚ ਵਧੀਆ ਤਰੀਕੇ ਨਾਲ ਆਪਣਾ ਕੰਮ ਕਰ ਸਕਣ। ਇਸ ਤੋਂ 27 ਤਰੀਕ ਨੂੰ ਸਾਡੀ 27-8 ਨੂੰ ਮੀਟਿੰਗ ਹੋਈ ਸੀਗੀ SCR ਸਾਹਿਬ ਨਾਲ। ਉਸ 'ਚ ਉਹਨਾਂ ਨੇ 3 ਹਫ਼ਤੇ ਦਾ ਸਮਾਂ ਜਿਹੜਾ ਸੀਗਾ ਸਾਨੂੰ ਦਿੱਤਾ ਸੀਗਾ। ਉਸ ਸਮੇਂ ਦੌਰਾਨ ਸਾਡੀ ਕੋਈ ਇਹੋ ਜਿਹੀ ਮੰਗ ਪ੍ਰਵਾਨ ਨਹੀਂ ਕੀਤੀ ਗਈ, ਜਿਸ ਤੋਂ ਅਸੀਂ ਰੋਸ ਵਜੋਂ ਅੱਜ ਰੈਲੀ ਜ਼ਿਲ੍ਹਾ ਲੈਵਲ 'ਤੇ ਕਰ ਰਹੇ ਹਾਂ। ਨਹੀਂ, ਸਾਡੀ 11 ਤੋਂ 2 ਰੋਸ ਵਜੋਂ ਧਰਨਾ ਹੈਗਾ ਪੂਰੇ ਪੰਜਾਬ 'ਚ। ਸਾਡੇ ਜ਼ਿਲ੍ਹਾ ਹੈੱਡਕੁਆਰਟਰ 'ਤੇ ਅੱਜ ਧਰਨੇ ਦਿੱਤੇ ਜਾ ਰਹੇ ਹਨ। ਅਗਲਾ ਸਟੈਪ ਫਿਲਹਾਲ ਤਾਂ ਸਾਡਾ ਇਹ ਹੈ ਵੀ ਸਾਡੀ ਜ਼ਿਲ੍ਹੇ ਪਟਿਆਲੇ ਵੱਲੋਂ ਜਿਹੜੀ ਹੈਗੀ ਹੈ, ਜਿਹੜੀ 19 ਤਰੀਕ ਨੂੰ ਮੁੱਲਾ ਵਰਦਾਖਾ ਜਿਹੜੀ ਹੈਗੀ ਹੈ ਰੈਲੀ ਕੀਤੀ ਜਾਊਗੀ, ਜਿਸ 'ਚ ਬਾਕੀ ਡਿਸਟ੍ਰਿਕਟ 6 ਡਿਸਟ੍ਰਿਕਟ ਸ਼ਾਮਿਲ ਹੋਣਗੇ। ਆਉਣ ਵਾਲੇ ਸਮੇਂ 'ਚ ਇਸ ਤੋਂ ਸਖ਼ਤ ਸੰਘਰਸ਼ ਲਿਖਿਆ ਜਾਊਗਾ ਜਦੋਂ ਤੱਕ ਸਾਡੀ ਸਰਕਾਰ ਮੰਗਾਂ ਨਹੀਂ ਲਾਗੂ ਕਰਦੀ ਮੰਨ ਕੇ। ਇੱਕ ਪਾਸੇ ਪੰਜਾਬ ਅੰਦਰ ਹੋਣ ਜਾ ਰਹੀਆਂ 4 ਜ਼ਿਮਨੀ ਚੋਣਾਂ ਸਿਰ 'ਤੇ ਨੇ, ਅਤੇ ਵੱਖ ਵੱਖ ਥਾਈਂ ਵੱਖ ਵੱਖ ਮੁਲਾਜ਼ਮਾਂ ਜਥੇਬੰਦੀਆਂ ਦੇ ਵੱਲੋਂ ਸਰਕਾਰ ਦੇ ਖਿਲਾਫ਼ ਦਿੱਤੇ ਜਾ ਰਹੇ ਧਰਨੇ ਪ੍ਰਦਰਸ਼ਨ ਸਰਕਾਰ ਦੀ ਨੀਂਦ ਉਡਾ ਰਹੇ ਨੇ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।